ਤੁਹਾਡੀ ਘਰ ਵਾਲੀ ਨੇ ਦੇਖਿਆ ਸੀ ਟ੍ਰੇਲਰ ਦੇ ਵਿੱਚ? सलाह पट्टियां पढ़ाउंदा सब सारे पुआड़े दे जिहड़े असीं बहुत चंगे इमानदार और साऊ बंदे सीगे। ਇਹ ਬੰਦਾ ਆਇਆ ਸਾਡੀ ਜ਼ਿੰਦਗੀ 'ਚ ਬੇੜਾ ਗਰਕ ਕਰਕੇ ਰੱਖਦਾ। ਨਹੀਂ 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 ਬੇੜਾ ਕੋਈ ਗਰਕ ਨਹੀਂ ਕੀਤਾ, ਮੈਂ ਹੁਣ ਵੀ ਟੀਕਾ ਲਾ ਦੇਣਾ। जिन्हें मर्जी दस दी रेट नहीं पैंदी जेड़े तू रखे ना पेटी खोरे की चौंदिया पत्निया सानू रोज रवाउंदिया पत्निया खोरे की चौंदिया पत्निया सानू रोज रवाउंदिया पत्निया ओना रब भी वाणी पालिया बंदा डोंड चूंड के कालिया ओ संगा चूंड चूंड के। सत श्री अकाल जी सारयां नू, मेरे वलों मैं मनीषा जी ते किदां दे चैनल ते स्वागत करदी आं। सो बहुत जल्दी सिनेमाघरां दे विच इक मूवी रिलीज़ होई है जिहदा नाम आ जी वाइफ जी। सो इस मूवी का ट्रेलर तो ओबियसली तुसी देख ही लिया होना कि पसंद किया है ना, कमेंट्स भी बड़े भर भर के सोहने सोहने स्वीट स्वीट लेके आ रहे हैं। पर एक्चुअली ना जी टीम आ मन की मूवी की जी स्टार कास्ट है वो अक्की पई है यार अपने घरदियों तो अपनी घरवालियों तो अक के ना वो साढ़े ना गलबात कर आया। सो लैट सी देखते हैं आप उन्होंने कोई सुझाव दे सकते हैं या फिर नहीं। चलो पहले उन्होंने वेलकम कर दिया जी, साढ़े नाल ने करमजीत सर ते हरबी सर बहुत बहुत स्वागत है जी। थैंक यू जी। पहले तो कॉन्ग्रेचुलेशन जी, ट्रेलर में बहुत प्यार मिलता पाया। थैंक यू सो मच। ਤੁਹਾਡੀ ਐਕਟਿੰਗ ਦੇ ਤਾਂ ਕੋਈ ਸ਼ੱਕ ਹੀ ਨਹੀਂ, ਉਹ ਤਾਂ ਗੱਲ ਹੀ ਵੱਖਰੀ ਹੈ। ਤੁਹਾਡੀ ਐਕਟਿੰਗ ਦਾ ਤਾਂ ਬਸ ਸਾਰਾ ਹੀ ਪਿਆ, ਐਕਸਪ੍ਰੈਸ਼ਨ ਹੋਰ ਹੁੰਦੇ ਆ ਮੈਂ ਤੁਹਾਡੀ ਗੱਲ ਆ ਰਹੀ ਨਾ, ਬਸ ਸਾਰਾ ਹੀ ਪਿਆ। ਆ ਕੀ ਗੱਲ ਹੁੰਦੀ ਹੈ ਨਾ ਫਿਰ, ਕਿੱਦਾਂ ਫਿਰ ਵਾਈਫ ਠੀਕ ਹੈ ਦੋਨਾਂ ਦੀ? ਬਿਲਕੁਲ ਠੀਕ ਹੈ ਜੀ, ਕਹਿਣਾ ਵੀ ਪੈਂਦਾ ਠੀਕ ਹੈ, ਚੜ੍ਹਦੀ ਕਲਾ ਚੜ੍ਹਦੀ ਕਹਿਣਾ ਪੈਂਦਾ ਕਿਉਂ ਬਈ, ਠੀਕ ਹੋ ਨਾ? ਆ ਮਤਲਬ ਹਾਂ ਫਿਲਮ ਦੇ ਹਿਸਾਬ ਨਾਲ ਕਿ ਮਤਲਬ ਕਹਿਣਾ ਪੈਂਦਾ। ਬਟ ਜੀ ਵਾਈਫ ਜੀ ਅਸੀਂ ਦੇਖ ਲਓ ਕਿੰਨੀ ਰਿਸਪੈਕਟ ਕਰਦੇ ਆ ਅੱਗੇ ਵੀ ਜੀ ਤੇ ਪਿੱਛੇ ਵੀ ਜੀ। ਪਿੱਛੇ ਵੀ ਜੀ ਹੈ ਨਾ, ਸੋ ਘਰ ਰਿਸਪੈਕਟ ਹੁੰਦੀ ਤਾਂ ਦੋਨਾਂ ਦੀ ਵੈਸੇ ਪੂਰੀ ਪ੍ਰੋਪਰ। ਫਿਲਮ 'ਚ ਦੇਖਿਓ, ਫਿਲਮ 'ਚ ਦੇਖੀਏ। ਹਾਂ ਅੱਛਾ, ਇਹਨਾਂ ਨੇ ਉਂਝ ਨਹੀਂ ਦੱਸਣਾ ਹੈ ਨਾ। ਇਸ ਫਿਲਮ ਦੇ ਵਿੱਚ ਅਸੀਂ ਪਹਿਲਾਂ ਲਿਖਿਆ ਵੀ ਇਹ ਕੋਈ ਕਾਲਪਨਿਕ ਨਹੀਂ, ਸਿੱਧਾ ਇਹਦਾ ਮਤਲਬ ਕੀ ਹੁੰਦਾ ਆਪਣਾ ਕੀ ਕਹਿੰਦਾ ਸੰਬੰਧ ਵਿਆਹੇ ਬਾਰੇ ਬੰਦੇ ਨਾਲ, ਵਿਆਹੇ ਬਾਰੇ। ਹਾਂ ਸੋ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ, ਮਜ਼ਾ ਆਇਆ ਸ਼ੂਟਿੰਗ ਦੇ ਦੌਰਾਨ? ਬਹੁਤ ਬਹੁਤ ਮਜ਼ਾ ਆਇਆ ਔਰ ਮਤਲਬ ਪਤਾ ਹੀ ਨਹੀਂ ਲੱਗਿਆ ਵੀ ਕਦੋਂ 20-25 ਦਿਨ ਬੀਤ ਗਏ ਔਰ ਹਾਂ ਬਹੁਤ ਅੱਛਾ ਐਕਸਪੀਰੀਅੰਸ ਰਿਹਾ। ਔਰ ਅਵਤਾਰ ਸਿੰਘ ਬਹੁਤ ਫਾਸਟ ਡਾਇਰੈਕਟਰ ਹੈ ਇਹ ਜੀ, ਮਤਲਬ ਜੇ 40 ਦਿਨ ਦਾ ਸ਼ੂਟ ਹੁੰਦਾ 25 ਦਿਨ ਚ ਨਿਬੇੜ ਦਿੰਦਾ। ਪੇਮੈਂਟ ਘੱਟ ਦੇਣੀ ਪਵੇ ਪ੍ਰੋਡਿਊਸਰ ਨੂੰ ਵੀ ਕਿਹਾ ਹੋਣਾ ਨਾ ਉਹਨਾਂ ਨੇ, ਪਰ ਸਾਨੂੰ ਐ ਲੱਗਦਾ ਵੀ ਯਾਰ ਇੰਨੀ ਛੇਤੀ ਨਿਬੇੜ ਦੋ ਤੂੰ ਕੰਮ, ਅਜੇ ਹੋਰ ਚਾਹੀਦੇ ਸੀ 2-4 ਦਿਨ। ਬਹੁਤ ਅੱਛਾ ਕੰਮ ਕੀਤਾ, ਜਿੰਨਾ ਵੀ ਜਿੰਨੇ ਦਿਨਾਂ ਚ ਵੀ ਤੁਸੀਂ ਜਲਦੀ ਜਲਦੀ ਕੰਮ ਕਰਦੇ ਹੋ। ਅੱਛਾ ਉਹ ਕਹਿ ਰਹੇ ਸੀਗੇ, ਕਹਿੰਦੇ ਵੀ ਅਸੀਂ ਜਿਹੜੀ ਸਕ੍ਰਿਪਟ ਆ ਨਾ ਉਹ ਮਨ ਕੀ ਔਨ ਦਾ ਸਪੋਟ ਜਾਂ 2-4 ਘੰਟੇ ਪਹਿਲਾਂ ਦਿੰਦੇ ਹੁੰਦੇ ਸੀਗੇ, ਬਹੁਤ ਪਹਿਲਾਂ ਨਹੀਂ ਦਿੱਤੀ। ਸੋ ਈਜ਼ੀ ਰਿਹਾ ਤੁਹਾਡੇ ਲਈ? ਬਿਲਕੁਲ ਜੀ, ਕਿਉਂਕਿ ਐਕਸਪੀਰੀਅੰਸ ਚੋਂ ਨਿਕਲਦੀਆਂ ਨੇ ਗੱਲਾਂ। ਕਿਉਂ ਸੰਗਾ ਸਾਹਿਬ ਤੂੰ ਜਮੇ ਚੁੱਪ ਹੋ ਗਿਆ? ਨਹੀਂ ਨਹੀਂ ਮੈਂ ਕਹਾਂ ਤੂੰ ਗੱਲ ਨਹੀਂ, ਇਹਨਾਂ ਨੇ ਕਹੋ ਨਾ ਦੱਸੋ ਤੁਸੀਂ ਦੱਸਦੇ ਕਿਉਂ ਨਹੀਂ? ਨਹੀਂ 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 ਇਹਨਾਂ ਨੇ ਪਹਿਲਾਂ ਕਿਹਾ ਤੂੰ ਚੁੱਪ ਰਹਿਣਾ ਤੇ ਇਹਨਾਂ ਦੀ ਗੱਲ ਨਹੀਂ, ਸੀਰੀਅਸ ਨਹੀਂ ਲੈਣੀ, ਇੰਨੀ ਵੀ ਨਹੀਂ ਲੈਣੀ ਹੈ। ਅੱਜ ਸਰ ਇਹ ਮੂਵੀ ਪਿੰਦੀ ਤੇ ਅਮਨ ਹੁਣਾਂ ਨੇ ਲਿਖੀ ਹੈ, ਉਹ ਦੋਨੇ ਆਪ ਤਾਂ ਛੜੇ ਨੇ ਜੀ, ਹੈ ਨਾ ਤੇ ਉਹਨਾਂ ਨੇ ਆ ਵਿਆਹ ਬਾਰੇ ਦੀ ਮੂਵੀ ਲਿਖੀ, ਤੁਸੀਂ ਕਿਹਾ ਨਹੀਂ? ਉਹਨੇ ਡਾਇਰੈਕਟਰ ਦੇ ਨਾਲ ਬਹੁਤ ਰਹਿੰਦੇ, ਉਹਨਾਂ ਦੇ ਘਰ ਜਾਂਦੇ ਹੁੰਦੇ ਰਹਿੰਦੇ, ਉਹਦੇ ਹਾਲਾਤ ਦੇਖੀ ਡਾਇਰੈਕਟਰ ਦੇ ਹਾਲਾਤ ਦੇਖੀ ਹੈ ਤੇ ਉਹ ਤਾਂ ਕਰਕੇ ਉਹਨਾਂ ਨੇ ਲਿਖਤੀ। ਤੁਹਾਨੂੰ ਵੀ ਇਦਾਂ ਲੱਗਦਾ ਕਿ ਡਾਇਰੈਕਟਰ ਦੇ ਹਾਲਾਤ? ਬਿਲਕੁਲ, ਜਿਹਦੀ ਆਟੋਬਾਇਓਗ੍ਰਾਫੀ ਹੈ ਸਮਝ ਲਓ, ਉਹਨੇ ਉਹਦੇ ਵਿੱਚ ਸੋਚ ਰਿਹਾ ਭਾਈ ਮੈਥੋਂ ਪੁੱਛੋ, ਮੈਥੋਂ ਪੁੱਛੋ ਕੀ ਕੀ ਬੀਤਿਆ। ਬਿਲਕੁਲ ਬਿਲਕੁਲ ਜੀ, ਹਾਂ ਇੱਕ ਕਾਲਪਨਿਕ ਕਹਾਣੀ ਹੈ, ਰਾਈਟ? ਨਾ ਬਿਲਕੁਲ ਕਾਲਪਨਿਕ ਨਹੀਂ ਹੈਗੀ, ਇਹ ਇਹ ਸਾਡੇ ਡਾਇਰੈਕਟਰ ਦੇ ਮਤਲਬ ਜੀਵਨ ਦੇ ਉੱਤੇ ਆਧਾਰਿਤ ਫਿਲਮ ਹੈ। ਪਰ ਸੱਚੀ ਘਰ ਵਾਲੀਆਂ ਇਹਨਾਂ ਤੰਗ ਕਰਦੀਆਂ ਆ? ਨਾ ਸਾਰੀਆਂ ਤਾਂ ਨਹੀਂ ਕਰਦੀਆਂ, ਕੋਈ ਕੋਈ ਕਰਦੀਆਂ। ਤੁਹਾਡੀਆਂ ਕਰਦੀਆਂ ਤੰਗ ਨਹੀਂ? ਨਹੀਂ ਬਈ ਤੰਗ ਨਹੀਂ ਕਰਦੀਆਂ, ਸੋਚ ਕੇ ਬੋਲੇ। ਉਹ ਤਾਂ ਵਿਚਾਰੀਆਂ ਦੇਵੀਆਂ ਨੇ, ਉਹ ਤਾਂ ਦੇਵੀਆਂ ਨੇ ਵਿਚਾਰੀਆਂ, ਹਸਾਉਂਦੇ ਰਹਿੰਦੇ ਹੁੰਦੇ ਸੀ ਉਹਨਾਂ ਦਾ ਮਨੋਰੰਜਨ ਮਨੋਰੰਜਨ ਕਰਦੇ ਰਹਿੰਦੇ ਹੁੰਦੇ ਹੈ ਨਾ। ਬਿਲਕੁਲ ਠੀਕ ਹੈ ਜੀ। ਅੱਛਾ ਸਾਨੂੰ ਪਤਾ ਇਹਦੇ ਵਿੱਚ ਕਾਮੇਡੀ ਸਾਨੂੰ ਬਹੁਤ ਦੇਖਣ ਨੂੰ ਮਿਲੂਗੀ, ਸਾਡੇ ਢਿੱਡੀ ਪੀੜਾ ਪੈਣ ਵਾਲੀਆਂ, ਬਟ ਫਿਰ ਵੀ ਤੁਸੀਂ ਪਲੀਜ਼ ਇੱਕ ਇੱਕ ਉਹ ਚੀਜ਼ ਦੱਸੋ ਸਰ ਵੀ ਜਿਹੜੀ ਇਹਦੇ ਵਿੱਚ ਡਿਫਰੈਂਟ ਆ ਬਾਕੀਆਂ ਨਾਲੋਂ। ਦੇਖੋ ਇੱਕ ਤਾਂ ਇਹਦੇ ਵਿੱਚ ਹਾਸਾ ਹਾਸਾ ਤੇ ਸਿਰਫ ਹਾਸਾ, ਹਾਂ ਇਹ ਤਾਂ ਡਨ, ਹਾਂਜੀ ਇਹ ਡਨ, ਹਾਂਜੀ। ਤੇ ਉਸ ਤੋਂ ਬਾਅਦ ਇਹ ਵੀ ਹੈ ਕਿ ਪਤਨੀ ਦੇ ਜਿੰਨਾ ਮਰਜ਼ੀ ਤਵਾ ਲਾਈ ਜਾਇਓ, ਮੈਂ ਪਹਿਲਾਂ ਵੀ ਵੈਸੇ ਵੀ ਗੱਲ ਕਰਦਾ ਹੁੰਦਾ ਵੀ ਤੁਹਾਡੀ ਮਾਂ ਤੋਂ ਬਾਅਦ ਤੁਹਾਡੀ ਪਤਨੀ ਹੈ ਜਿਹੜੀ ਤੁਹਾਡੀ ਇੰਨੀ ਕੇਅਰ ਕਰ ਸਕਦੀ ਹੈ, ਕੇਅਰ ਕਰਦੀ ਡੈਫੀਨਿਟਲੀ ਜੀ, ਬਿਲਕੁਲ। ਤੁਸੀਂ ਵਿਆਹੇ ਨਹੀਂ, ਤੁਸੀਂ ਆਪਣੀ ਮੰਮਾ ਨੂੰ ਦੇਖਿਆ ਹੋਣਾ ਆਪਦੇ ਡੈਡੀ ਦੀ ਕੇਅਰ ਕਰਦਿਆਂ ਨੂੰ, ਹਨਾ? ਮੰਮੀ ਤਾਂ ਬੱਚਿਆਂ ਦੀ ਵੀ ਬਹੁਤ ਕਰਦੀ ਹੈ। ਹਾਂ ਨਹੀਂ ਉਹ ਤਾਂ ਕਰਨੀ, ਬੱਚਿਆਂ ਦੀ ਤਾਂ ਕਰਨੀ ਹੀ ਹੁੰਦੀ ਹੈ, ਹਰ ਇੱਕ ਮਾਂ ਕਰਦੀ ਹੈ, ਪਰ ਮੈਂ ਉਹੀ ਕਹਿੰਦਾ ਵੀ ਮਾਂ ਤੋਂ ਬਾਅਦ ਤੁਹਾਡੀ ਘਰ ਵਾਲੀ ਹੀ ਹੈ ਜਿਹੜੀ ਤੁਹਾਨੂੰ ਤੁਹਾਡੀ ਕੇਅਰ ਕਰਦੀ ਹੈ।
जी अच्छा वैसे घर वाली नु इना निंदना चाहिदा कि नहीं किसे लागे निंदे तो है ही नहीं अपनी घर वाले डर जमा भी जनानिया मेरी गल सुन लो बी तुम है मुर्गा घर आलिया की डरना तो जवाक भी अद्धा चला देंगे जवाक कि बहुत बहुत चलो जी कोई गल नहीं कुछ नवा सानू मिलन नु दिखूगा ते ऑब्वियसली दिखन नु मिलूगा दिखन नु मिलूगा मिलन नु दिखूगा नहीं मिलन दिखूगा तोडे सामने मिला ते मैं कहंदी हां की गल है देखो ये साडी इंडस्ट्री दा बादशाह बंदा ता मैं कहना कि वोकैबुलरी जेडी है ना शब्दावली ओ एक जाना मतलब चलो जी रब करे इन्हां नूं टेक आवे भी ना ते एदी इह मूवीआं बनाई जाण बस एदी कहने आ जी अच्छा एक छोटा जिहा टंग ट्विस्टर आ जी ओह आपां प्ले करांगे ठीक है जी दोनों तू भी करे छोटा ही टंग ट्विस्टर आ फिर असीं तुहाडे तों गाणा भी सुनना है गाणा तां भाजी कहण दो ठीक है जी तुहाडे दोनों चों कंजूस कौन आ ज्यादा कोई भी नहीं मैनूं लगदा कौन कंजूस मैं पहला सीगा हां जदों स्ट्रगल करदे ओ तां नहीं ओदों कंजूस थोड़ा ओदों गरीब सी पूरी दुनिया नू पता ਹੋਰ ਕੋਈ ਕੰਮ ਆਉਂਦੇ ਨਹੀਂ ਸੀ ਜੇ ਮੇਰਾ ਸ਼ੁਰੂ ਤੋਂ ਮਤਲਬ ਕਿ ਸਾਨੂੰ ਸ਼ੌਂਕ ਹੀ ਰਿਹਾ ਵੀ ਐਕਟਿੰਗ ਕਰੀਏ ਗਾਈਏ ਹੈ ਨਾ ਤੇ ਪਰ ਜੇ ਮੈਂ ਨਾ ਐਕਟਰ ਬਣਦਾ ਤੇ ਫਿਰ ਮੈਂ ਸ਼ਾਇਦ ਡਾਕਟਰ ਹੁੰਦਾ
ਡਾਕਟਰ ਹੁੰਦੇ ਹਾਂ ਮੈਂ ਕੰਪਿਊਟਰ ਸ਼ੁਕਰ ਆ ਉਹ ਰੱਬਾ ਸ਼ੁਕਰ ਹੈ ਬਹੁਤ ਬੰਦੇ ਮਾਰਨੇ ਸੀ ਬਚਾ ਲ ਮੈਂ ਯਾਰ ਭਾਜੀ ਨਾ ਤੇ ਮੈਂ ਚਾਰ ਸਾਲ ਯਾਰ ਹਾਂ ਠੀਕ ਹੈ ਮੈਂ ਰੱਬ ਦਾ ਸ਼ੁਕਰ ਕੀਤਾ ਹੈ ਮਲੇਰੀਆ ਕਮਾਈ ਆ ਸਾਰੀ ਫਿਲਮ ਇਹਦਾ ਪੱਠਾ ਬੈਠਾ ਜਿਹੜਾ ਇਹਨੇ ਸਾਡੇ ਬੁਰੀ ਹਾਲਤ ਕੀਤੀ ਪਰ ਐਂਡ ਤੇ ਹਸ਼ਰ ਦੇਖੋ ਵੀ ਉਸ ਬੰਦੇ ਦੀ ਸ਼ੂਟਿੰਗ ਲਈ ਵੈਸੇ ਤਾਂ ਤੁਸੀਂ ਬਹੁਤ ਜਗ੍ਹਾਵਾਂ ਤੇ ਗਏ ਹੋਣੇ ਅੱਜ ਤੱਕ ਬਹੁਤ ਜਗ੍ਹਾ ਘੁੰਮ ਲਈਆਂ ਬਟ ਫਿਰ ਵੀ ਕੋਈ ਇੱਕ ਸਪੈਸ਼ਲ ਜਗ੍ਹਾ ਜਿੱਥੇ ਜਾ ਕੇ ਤੁਸੀਂ ਸ਼ੂਟਿੰਗ ਕਰਨਾ ਚਾਹੁੰਦੇ ਹੋ ਮੈਂ ਆਪਣੇ ਪਿੰਡ ਕਰਨਾ ਚਾਹੁੰਦਾ ਸ਼ੂਟਿੰਗ ਪਿੰਡ ਦਾ ਨਾਮ ਮੇਰਾ ਦਾ ਨਾਮ ਗੰਡੂਆਂ ਗੰਡੂਆਂ ਠੀਕ ਹੈ ਜੀ ਤੁਸੀਂ ਮੇਰਾ ਵੀ ਇਦਾਂ ਦਾ ਹਿਸਾਬ ਕਿਤਾ ਮੈਂ ਜਿੱਦਣ ਕਿਤੇ ਮਹਾਰਾਜ ਦੀ ਕਿਰਪਾ ਕੀਤੀ ਜਿੱਦਣ ਹੁਣ ਭਾਜੀ ਨੇ ਨਾ ਫਿਲਮ ਕੀਤੀ ਇੱਕ ਸੀਨ ਦਾ ਆਪਣੇ ਜ਼ਰੂਰ ਪੈਂਦਾ ਪਿਆ ਨਹੀਂ ਪਿੰਡ ਕਰਾਂਗੇ ਪਿੰਡ ਦੀ ਰੌਣਕ ਹੀ ਵੱਖਰੀ ਆ ਬਿਲਕੁਲ ਆਈ ਤਾਂ ਹੈ ਹੀ ਪਿੰਡਾਂ ਇੱਕ ਇੱਕ ਮੋਹ ਹੁੰਦਾ ਜੇ ਮਿੱਟੀ ਨਾਲ ਜਿੱਥੇ ਜੰਮੇ ਪਲੇ ਆ ਵੀ ਉਹ ਰਹਿੰਦੀ ਦੁਨੀਆ ਤੱਕ ਸਕਰੀਨ ਤੇ ਰਹੇ ਬਾਅਦ ਚ ਵੀ ਦੇਖਦੇ ਰਹੇ ਯਾਦਾਂ ਨਾ ਜਿਹੜੀਆਂ ਉਹ ਕਦੇ ਆਬਵੀਅਸਲੀ ਨਹੀਂ ਜਾਂਦੀਆਂ ਕੋਈ ਫਿਲਮ ਪੱਕੀ ਪੂਰੀ ਫਿਲਮ ਕਰਾਂਗੇ ਉੱਥੇ ਕੋਈ ਨਾ ਕੋਈ ਮੈਂ ਸੋਚ ਰਿਹਾ ਠੀਕ ਹੈ ਜੀ ਠੀਕ ਹੈ ਅੱਛਾ ਤੁਹਾਡੀ ਮਤਲਬ ਕਿ ਪਹਿਲੀ ਗਰਲਫ੍ਰੈਂਡ ਦਾ ਨਾਮ ਤੁਹਾਡੇ ਘਰ ਦੇ ਵਿੱਚ ਤੇ ਤੁਹਾਡੇ ਘਰ ਦੇ ਵਿੱਚ ਤੁਸੀਂ ਦੱਸਣਾ ਕਿ ਸਭ ਤੋਂ ਜ਼ਿਆਦਾ ਫਨੀ ਪਾਰਟਨਰ ਕੌਣ ਆ ਤੁਹਾਡੀ ਵਾਈਫ ਚੁੱਪ ਕਰਾ ਦਿੰਦੇ ਚੁੱਪ ਚਲੋ ਜੀ ਠੀਕ ਆ ਸ਼ੂਟ ਦੇ ਵਿੱਚ ਬਿਜ਼ੀ ਹੋਣ ਦੇ ਬਾਵਜੂਦ ਵੀ ਤੁਸੀਂ ਕਿਹਦਾ ਫੋਨ ਚੱਕੋਗੇ ਜਿਨ੍ਹਾਂ ਦੇ ਮਰਜ਼ੀ ਫੋਨ ਆਈ ਜਾਣ ਫੈਮਿਲੀ ਦਾ ਜੀ ਚਲੋ ਠੀਕ ਹੈ ਜੀ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਕਿੰਨੇ ਪੈਸੇ ਆ ਲੈ ਦੱਸ ਤੂੰ ਰੇਟ ਪਾਉਣੀ ਆ ਕੀ ਗੱਲਾਂ ਕਰਦੀ ਆ ਬੈਂਕ ਅਕਾਊਂਟ ਬੈਂਕ ਵਾਲੇ ਤਾਂ ਜਿੰਨੇ ਮਰਜ਼ੀ ਦੱਸ ਦੇ ਉਹਦੀ ਰੇਟ ਨਹੀਂ ਪੈਂਦੀ ਜਿਹੜੇ ਤੂੰ ਰੱਖਿਆ ਨਾ ਪੇਟੀ 'ਚ ਉਹ ਭਰਾਵਾ ਰੱਖ ਦੇ ਬਸ ਉਹ ਭਰਾਵਾ ਕਲਾ ਕਰਾਂ ਦੇ 60 ਵਜੇ ਚੱਲਣ ਲੱਗਿਆ ਮੈਂ ਤਾਂ ਭਰਾਵਾ ਉਦਾਂ ਤੁਹਾਡੇ ਤੋਂ ਮੰਗ ਲਊਂਗਾ ਮੈਨੂੰ ਇੰਨੇ ਚਾਹੀਦੇ ਆ ਮੰਨ ਲਓ ਤੁਹਾਡਾ ਵਿਆਹ ਨਹੀਂ ਹੋਇਆ ਤਾਂ ਤੁਸੀਂ ਕਿਹੜੀ ਐਕਟ੍ਰੈਸ ਨਾਲ ਵਿਆਹ ਕਰਵਾਉਣਾ ਚਾਹੋਗੇ ਉਹਦੇ ਨਾਲ ਹੀ ਹੋਣਾ ਚਾਹੀਦਾ ਸੀ ਬਸ ਮੈਨੂੰ ਸਿਮਰਨ ਨਾਲ ਮਿਲਦੀ ਨਾ ਭਾਜੀ ਮੇਰਾ ਸੱਚੀ ਨੀ ਵਿਆਹ ਹੋਣਾ ਤੇ ਸਭ ਤੋਂ ਜ਼ਿਆਦਾ ਗੌਸਪ ਕੌਣ ਕਰਦਾ ਤੁਹਾਡੇ ਦੋਵਾਂ ਚੋਂ ਚਲੋ ਠੀਕ ਹੈ ਇਹ ਤਾਂ ਉਹ ਗੇਟ ਤੋਂ ਪਤਾ ਲੱਗ ਜਾਂਦਾ ਵੀ ਕੌਣ ਆਉਂਦਾ ਨਹੀਂ ਪਰ ਵੈਸੇ ਜਿਹਦੇ ਨਾਲ ਵੀ ਆਉਂਦਾ ਮਤਲਬ ਹੀ ਚੱਲਦਾ ਕੰਮ ਨਹੀਂ ਗੱਲ ਸੁਣੋ ਮੇਰਾ ਖਿਆਲ ਸਾਡੇ ਤਾਂ ਨੀ ਬਹੁਤ ਹਾਜ਼ਮਾ ਦਰੁਸਤ ਹੈ ਸਾਡਾ ਇਸ ਮਾਮਲੇ ਵਿੱਚ ਜਾਂਦੀ ਹੈ ਤੁਹਾਡੇ ਵੀ ਢਿੱਡ ਚ ਗੱਲ ਵੱਜ ਜਾਂਦੀ ਹੈ ਚਲੋ ਠੀਕ ਹੈ ਫਿਰ ਲੜਾਈਆਂ ਨਹੀਂ ਹੁੰਦੀਆਂ ਵਿਆਹ ਤੋਂ ਪਹਿਲਾਂ ਕਿੰਨੇ ਸ਼ਰਾਰਤੀ ਹੁੰਦੇ ਸੀ ਤੇ ਵਿਆਹ ਤੋਂ ਬਾਅਦ ਕਿੰਨੇ ਕਿ ਤੁਸੀਂ ਠੰਡੇ ਜਿਹੇ ਹੋ ਗਏ ਵਧੇ ਹੀ ਆ ਵਧੇ ਹੋ ਉਦੋਂ ਵਧੇ ਹੀ ਆ ਹਾਂ ਹੁਣ ਤੱਕ ਸ਼ਰਾਰਤੇ ਚੱਲੀ ਜਾਂਦੀਆਂ ਇਹ ਹਾਸਾ ਖੇਡਦੇ ਮੈਨੂੰ ਲੱਗਦਾ ਸਾਡਾ ਸਾਡੀ ਲਾਈਨ ਹੈ ਜੀ ਰੱਬ ਨੇ ਵਧੀਆ ਬਣਾਤੀ ਜਿਹੜੀ ਲਾਈਨ ਸਾਡੀ ਵੈਸੇ ਮਤਲਬ ਜਿਹੜੀ ਹੌਬੀ ਸੀ ਉਹੀ ਸਾਡਾ ਕਿੱਤਾ ਬਣ ਗਿਆ ਇਦੋਂ ਕਿਸਮਤ ਵਾਲਾ ਬੰਦਾ ਕੋਈ ਨਹੀਂ ਹੋ ਸਕਦਾ ਮੈਨੂੰ ਲੱਗਦਾ ਜਿਹੜੇ ਕਿਤੇ ਨਾ ਤੁਹਾਨੂੰ ਪਿਆਰ ਹੁੰਦਾ ਜੇ ਤੁਸੀਂ ਉਹਦੇ ਵਿੱਚ ਕੰਮ ਕਰੋ ਨਾ ਤੁਸੀਂ ਹਮੇਸ਼ਾ ਇੰਜੋਏ ਕਰਦੇ ਹੋ ਬਿਲਕੁਲ ਬਿਲਕੁਲ ਜ਼ਰੂਰੀ ਆ ਜੀ ਸਾਡਾ ਤਾਂ 24 ਘੰਟੇ ਹੁੰਦਾ ਵੀ ਸਾਨੂੰ ਨਾ ਸਭ ਤੋਂ ਵਧੀਆ ਲਾਈਫ ਗਿਣੀ ਜਾਂਦੀ ਹੈ ਹਨਾ ਸਭ ਤੋਂ ਵਧੀਆ ਕੋਈ ਫਿਕਰ ਨਹੀਂ ਹੁੰਦਾ ਪੂਰਾ ਮਤਲਬ ਸਵਾਦ ਲੈ ਰਹੇ ਹੁੰਦੇ ਸਾਡੀ ਹੁਣ ਤੱਕ ਮੈਂ ਸਮਝਦਾ ਕਿ ਕਾਲਜ ਲਾਈਫ ਹੀ ਚੱਲ ਰਹੀ ਹੈ ਉਹਨਾਂ ਇੰਜੋਏ ਕਰ ਵਾਹਿਗੁਰੂ ਕਰੇ ਇੱਦਾਂ ਚੱਲੀ ਜਾਵੇ ਸੋ ਇਹ ਛੋਟਾ ਟੰਗ ਟਵਿਸਟਰ ਸੀ ਜਿਹੜਾ ਤੁਹਾਡਾ ਪਲੇ ਕੀਤਾ ਤੇ ਹੁਣ ਨਾ ਆਪਾਂ ਤੁਹਾਡੇ ਤੋਂ ਇੱਕ ਗੀਤ ਸੁਣਨਾ ਜੀ ਪਹਿਲਾਂ ਸੰਗਾ ਸੁਣਾਓ ਨਹੀਂ ਭਾਜੀ
खौरे की चौंदियां पत्नियां सानू रोज रवाउंदियां पत्नियां खौरे की चौंदियां पत्नियां सानू रोज रवाउंदियां पत्नियां ओना रब भी वाणी पालिया बंदा ढूंढ चूंड के कालिया ओ संगा चूंड चूंड के कालिया खुद ढोले दियां लाउंदियां पत्नियां सानू रोज रवाउंदियां पत्नियां खौरे की चौंदियां चंगे लगी होने बट जिदन थिएटर देखने जानी है ना अथरू तो आने बट हादसे के नाल ढिडी पीड़ा पैन वाली जी सो 24 तरीक नूं तुसीं सिनेमाघर दे विच जाना मूवी देखण मैं दा सब तो पहले नंबर ते जाना सो उम्मीद करदी गलबात चंगी लगी होनी आ हुण सानूं दिओ इजाजत जी सत श्री अकाल सत श्री अकाल सत श्री अकाल जी सत श्री अकाल।